ਹੈਲੋ एवरीवन ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਮੋ ਮੈਂ ਵੀ ਠੀਕ ਆ ਜੀ ਸਵਾਗਤ ਕਰਦੇ ਤੁਹਾਡਾ ਪੰਜਾਬੀ ਬਾਟ ਫੈਮਿਲੀ ਵਿੱਚ ਹੋਰ ਸੁਨავ ਜੀ ਘਰ ਪਰਿਵਾਰ ਸਭ ਰਾਜੀ ਖੁਸ਼ੀ ਪਰਮਾਤਮਾ ਕਰੇ ਜੀ ਸਭ ਚੜ੍ਹਦੀ ਕਲਾ ਚ ਹੋਮੋ ਰਾਜੀ ਖੁਸ਼ੀ ਹੋਮੋ ਤੇ ਲਓ ਜੀ ਮਾਰਨਿੰਗ ਦਾ ਟਾਈਮ ਆ 10 ਵਜੇ ਦਾ ਟਾਈਮ ਸੀਗਾ ਹਾਂਜੀ ਸਵੇਰੇ ਸਵੇਰੇ ਮੈਂ ਲੱਗ ਗਈ ਸੀ ਜੁਬਰਾਜ ਦੀ ਬਾਲਾ ਦੀ ਮ사ਜ ਕਰਨ ਕਿਉਂਕਿ ਇਹ ਕਹਿੰਦਾ ਮम्मा ਮੈਨੂੰ ਨੇਸਤੀ ਜੀ ਪੀਪੀ ਆ ਵੀ ਹੋਰੇ ਤਰ੍ਹਾਂ ਸਰੀਰ ਹੋਇਆ ਪਿਆ ਕਿਉਂਕਿ 2-3 ਦਿਨ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਵੀ ਥਕਾਵਟ ਹੋਊਗੀ ਉਹ ਹੋਊਗੀ ਕਿਉਂਕਿ ਜਦ ਆਪਾਂ ਜੀ ਕੰਟੀਨਿਊ ਕਿਤੇ ਜਾਂਦੇ ਆ ਹਨਾ ਉਸ ਟਾਈਮ ਨਹੀਂ ਆਪਾਂ ਨੂੰ ਪਤਾ ਲੱਗਦਾ ਤੁਸੀਂ ਕੋਈ ਮੈਰਿਜ ਅਟੈਂਡ ਕਰਦੇ ਹੋ ਜਾਂ ਕੋਈ ਫੰਕਸ਼ਨ ਆਪਾਂ ਕੋਈ ਵੀ ਅਟੈਂਡ ਕਰਦੇ ਆ ਉਸ ਟਾਈਮ ਜੀ ਆਪਾਂ ਚੌਚੇ ਭੱਜੇ ਨੱਠੇ ਫਿਰ ਜਾਨੇ ਬਾਅਦ ਵਿੱਚ ਆਪਣੇ ਸਰੀਰ ਦੱਸਦਾ ਵੀ ਹਾਂ ਥਕਾਵਟ ਮੰਨਦਾ ਜੀ ਇਹ ਨੇਚਰਲ ਆ ਜੀ ਸਾਰਿਆਂ ਦੇ ਤੇ ਮੈਂ ਕਿਹਾ ਚੱਲ ਲਿਆ ਤੇਰੇ ਮ사ਜ ਕਰਦਾ ਪਹਿਲਾਂ ਫਿਰ ਨਹਾਉਣ ਜਾਣੀ ਆ ਮੈਂ ਹੋਰ ਕੰਮ ਮੇਰਾ ਖਤਮ ਤੇ ਮੰਮੀ ਤੇ ਡੈਡੀ ਜੀ ਗਏ ਹੋਏ ਸੀ ਅੱਜ ਪੂਆਜੀ ਦਾ 17 ਦਿਨ ਸਾਡੀ ਦਾ ਉਹ ਅੱਜ ਗਏ ਹੋਏ ਸੀ ਉਧਰ ਘੁੰਮਣ ਫਿਰਨ ਤੇ ਅਸੀਂ ਜੁਵਰਾਜ ਤੇ ਮੈਂ ਇਕੱਲੇ ਹੀ ਸੀਗੇ ਘਰ ਜੀ ਮੈਨੂੰ ਬਹੁਤ ਚੌ ਸੀਗਾ ਮੈਂ ਕਹਿੰਦਾ ਸ਼ੁਕਰ ਹੈ ਜੁਵਰਾਜ ਨੂੰ ਛੁੱਟੀ ਆ ਗਈ ਸੈਦ ਬੁੱਧਵਾਰ ਦਾ ਦਿਨ ਪੰਜਾਬ ਬੰਦ ਸੀਗਾ ਜੀ ਅੱਜ ਤਾਂ ਕਰਕੇ ਇਹਨਾਂ ਨੂੰ ਅੱਗੀ ਛੁੱਟੀ ਨਾਲੇ ਤਾਂ ਦੇਖੋ ਇਹਨੂੰ ਰਿਲੈਕਸ ਹੋ ਗਿਆ ਹਨਾ ਇਹਨੂੰ ਵਧੀਆ ਆਰਾਮ ਮਿਲ ਗਿਆ ਤੇ ਨਾਲੇ ਮੈਨੂੰ ਇਹ ਸੀ ਵੀ ਮੇਰਾ ਦਿਨ ਵਧੀਆ ਲੰਘ ਗਿਆ ਅੱਜ ਕਿਉਂਕਿ ਜੇ ਮੰਮੀ ਡੈਡੀ ਦੇਖੋ ਕਿਤੇ ਚਲ ਜਾਂਦੇ ਨੇ ਮੇਰਾ ਵੀ ਫਿਰ ਇਕੱਲੇ ਦਾ ਘਰੇ ਜੀ ਨਹੀਂ ਲੱਗਦਾ ਹੈਗਾ ਮੈਨੂੰ ਇਹ ਹੋ ਜਾਂਦਾ ਵੀ ਚਲ ਅੱਜ ਮੈਨੂੰ ਇਹ ਸੀ ਵੀ ਜੁਵਰਾਜ ਹੈਗਾ ਇਹ ਨਾਲੇ ਅਸੀਂ ਮਾਂ ਪੁੱਤਾਂ ਨੇ ਵਧੀਆ ਟਾਈਮ ਸਪੈਂਡ ਕੀਤਾ ਜੀ ਵਧੀਆ ਗੱਲਾਂ ਮਾਰੀਆਂ ਆ ਬਹੁਤ ਵਧੀਆ ਟਾਈਮ ਮੋਜੈਂਚੀ ਕੱਢਿਆ ਜੀ ਕਿਉਂਕਿ ਬੱਚਿਆਂ ਦਾ ਇਹ ਹੀ ਉਮਰ ਹੁੰਦੀ ਹੈ ਜੀ ਆਪਾਂ ਨੂੰ ਹਨਾ ਬੱਚਿਆਂ ਦੇ ਨਾਲ ਉਹਨਾਂ ਦੀ ਸੁਣਨੇ ਆ ਵੀ ਬਹੁਤ ਜ਼ਰੂਰੀ ਹੁੰਦੀਆਂ ਨੇ ਤੇ ਆਪਣੀਆਂ ਸੁਣਾਉਣੀਆਂ ਵੀ ਬਹੁਤ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਬੱਚਿਆਂ ਨਾਲ ਇਦਾਂ ਦੀਆਂ ਆ ਉਮਰ ਦੇ ਵਿੱਚ ਬਹੁਤ ਸਮਝਦਾਰੀ ਨਾਲ ਹਨਾ ਲੈ ਕੇ ਚੱਲਣਾ ਪੈਂਦਾ ਏ ਕੋਈ ਬੱਚੇ ਤੁਹਾਨੂੰ ਪਤਾ ਜੀ ਆਹੀ 2-3 ਸਾਲ ਹੁੰਦੇ ਨੇ ਜਿਹੜਾ ਬੱਚੇ ਦਾ ਮਾਈਂਡ ਬਹੁਤ ਜ਼ਿਆਦਾ ਉਹ ਹੁੰਦਾ ਵੀ ਕੋਮਲ ਹੁੰਦਾ ਜਿੱਦਾਂ ਨੂੰ ਵੀ ਕੋਈ ਕਹੂਗਾ ਜਿਵੇਂ ਦੀ ਗੱਲਾਂ ਕਹਾਂਗੇ ਉਦਾਂ ਦੇ ਬੱਚੇ ਨੇ ਹੋ ਜਾਣਾ ਬਾਕੀ ਬੱਚੇ ਜੀ ਪੇਰੈਂਟਸ ਤੋਂ ਵੀ ਦੇਖ-ਦੇਖ ਸਿੱਖਦੇ ਨੇ ਅੱਗੇ ਜੂਵੀ ਨੂੰ ਛੋਟੇ ਹੁੰਦੇ ਨੂੰ ਨਾ ਬਹੁਤ ਆਦਤ ਹੁੰਦੀ ਸੀ ਜੇ ਜੂਵੀ ਨੂੰ ਮੈਂ ਕੋਈ ਗੱਲ ਕਹਿਣੀ ਫੋਨ ਤੇ ਹੀ ਲਾ ਲੋ ਦੇਮਾ ਜੋ ਵੀ ਨੂੰ ਕਹਿਣਾ ਜੋ ਵੀ ਫੋਨ ਰੱਖਦੇ ਪੁੱਤ ਇੰਨਾ ਨਹੀਂ ਦੇਖੀ ਤਾਂ ਅੱਖਾਂ ਨੂੰ ਐ ਹੋ ਜਿਓ ਐ ਹੋ ਜਿਓ ਜੋ ਵੀ ਨੇ ਕਹਿਣਾ ਮਮਾ ਤੁਸੀਂ ਵੀ ਰੱਖ ਤੋ ਤੁਹਾਡੀਆਂ ਵੀ ਅੱਖਾਂ ਐ ਹੋ ਜਾਣਗੀਆਂ ਇਹਨਾਂ ਕਿਊਟ ਜੀ ਆਵਾਜ਼ ਨਾ ਕਹਿਣਾ ਮੈਨੂੰ ਬਹੁਤ ਹੋਣਾ ਵੀ ਦੇਖ ਲੋ ਹਨਾ ਬੱਚਿਆਂ ਨੇ ਉਹੀ ਆ ਵੀ ਜੇ ਆਪਾਂ ਫੋਨ ਨਹੀਂ ਰੱਖਾਂਗੇ ਤਾਂ ਆਪਾਂ ਬੱਚਿਆਂ ਤੋਂ ਉਮੀਦ ਕਿਵੇਂ ਕਰ ਸਕਦੇ ਆ ਵੀ ਆਪਾਂ ਬੱਚਿਆਂ ਨੂੰ ਕਹੀਏ ਵੀ ਹਨਾ ਫੋਨ ਰੱਖ ਦੋ ਬੱਚੇ ਵੀ ਜੀ ਦੇਖ ਕੇ ਹੀ ਆਪਾਂ ਤੋਂ ਹੀ ਸਿੱਖਦੇ ਨੇ ਹਨਾ ਵੀ ਕੀ ਆਪਣੇ ਲਈ ਵਧੀਆ ਤਾਂ ਕੀ ਹੋਆ ਇਸ ਲਈ ਬੱਚਿਆਂ ਨਾਲ ਇਹ ਉਮਰ ਦੇ ਵਿੱਚ ਬਹੁਤ ਹੀ ਸਮਝਦਾਰੀ ਨਾਲ ਕੰਮ ਲੈਣਾ ਪੈਂਦਾ ਤੇ ਉਸ ਤੋਂ ਬਾਅਦ ਜੀ ਨਾ ਮੈਂ ਪ੍ਰਿੰਡੀਆਂ ਧੋ ਕੇ ਰੱਖਤੀਆਂ ਸੀਗੀਆਂ ਧੁੱਪ 'ਚ ਮੈਂ ਕਿਹਾ ਚਲੋ ਉਹ ਸੁੱਕ ਜਾਣਗੇ ਹਵਾ ਪੈ ਜਾਊਗੀ ਤੇ ਨਾ ਧੋ ਕੇ ਹੁਣ ਹੋ ਗਈ ਸੀਗੀ ਮੈਂ ਫਰੈਸ਼ ਤੇ ਇਹ ਸੀਗਾ ਜੀ ਦੋ ਅਸੀਂ ਘੰਟਾ ਪਹਿਲਾਂ ਰੈਸਟ ਕਰੀ ਇਹ ਸੀਗਾ 2:00 ਵਜੇ ਦਾ ਟਾਈਮ 2:00 ਵਜੇ ਫਿਰ ਮੈਂ ਉੱਠ ਕੇ ਮੈਂ ਕਿਹਾ ਵੀ ਚਾਹ ਬਾਅਦ ਬਣਾਉਣੀ ਹੈ ਜੂ ਵੀ ਪਹਿਲਾਂ ਆਪਾਂ ਫੇਸ ਪੈਕ ਲਾਦ ਮੈਂ ਲਿਆ ਤੇਰੇ ਕਿਉਂਕਿ ਨਾ ਇਹਦੇ ਗਰਮੀ ਨਾਲ ਸਕਿਨ ਤੇ ਫਟ ਫਟ ਗਈ ਸੀ ਸਕਿਨ ਦੀ ਜਿਵੇਂ ਤੁਹਾਨੂੰ ਦੱਸਾਂ ਵੀ ਬਲੈਕ ਬਲੈਕ ਹੋ ਕੇ ਨਾ ਖਰੀਂਡ ਜਿਹਾ ਲੈਣ ਲੱਗ ਗਿਆ ਸੀ ਬਹੁਤ ਜ਼ਿਆਦਾ ਪਤਾ ਨਹੀਂ ਕਿਉਂ ਪਤਾ ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਸੀ ਜੀ ਦੇਖੋ ਬੱਚਿਆਂ ਦੀ ਹੈ ਨਾ ਸਕਿਨ ਵੀ ਕੋਮਲ ਹੁੰਦੀ ਆ ਧੁੱਪ ਚੋਂ ਥੇ 2-3 ਦਿਨ ਲਗਾਤਾਰ ਜਾਣ ਕਰਕੇ ਫੇ ਮੈਂ ਕਿਹਾ ਚੱਲ ਤੇਰੇ ਫੇਸ ਪੈਕ ਲਾ ਕਹਿੰਦਾ ਮम्मा ਨਹੀਂ ਫੇਸ ਪੈਕ ਕੁੜੀਆਂ ਆ ਮੈਂ ਆ ਮੈਂ ਕਿਹਾ ਬਸ ਤੂੰ ਕੁੜੀਆਂ ਮੁੰਡਿਆਂ ਦਾ ਫਰਕ ਨਹੀਂ ਹੈਗਾ ਵੀ ਤੋ ਇਹ ਨਾ ਸੋਚ ਵੀ ਫੇਸ ਪੈਕ ਦਾ ਇਹ ਆ ਵੀ ਬੱਚੇ ਨੂੰ ਹਨਾ ਤੇਰੀ ਸਕਿਨ ਨੂੰ ਥੋੜਾ ਜਿਹਾ ਹੋ ਹੋ ਜਾਊਗਾ ਇਹ ਫੇਸਬੁੱਕ ਵਿੱਚ ਮੈਂ ਜ਼ਿਆਦਾ ਕੁਝ ਨਹੀਂ ਸਿਪਾਇਆ ਬਸ ਦਹੀਂ ਸੀਗਾ ਜੀ ਬੇਸਣ ਸੀ ਤੇ ਇੱਕ ਪਾਇਆ ਸੀ ਹਾਨੀ ਬਸ ਹਲਦੀ ਵਗੈਰਾ ਹੋਰ ਕੁਝ ਨਹੀਂ ਸੀਗੇ ਮੈਂ ਕਹ ਇਹਦੇ ਥੋੜਾ ਖਰੀਨ ਆਇਆ ਹੈ ਨਾ ਜਿਹੜਾ ਬੈਕ ਸਾਈਡ ਤੇ ਗਰਦਨ ਤੇ ਬਹੁਤ ਜ਼ਿਆਦਾ ਮੈਂ ਕਹ ਉਹਦੇ ਨਾਲ ਫੇਰ ਵੱਧ ਹੋਊਗਾ ਵੀ ਤੂੰ ਬਸ ਸਿੰਪਲ ਜਿਹਾ ਹੀ ਲਾਇਆ ਸੀਗਾ ਤੇ ਬੀਵੀ ਕੁ ਮਿੰਟ ਬਹਿ ਕੇ ਫੇਰੇ ਬਾਅਦ ਵਿੱਚ ਨਹਾ ਲਿਆ ਸੀਗਾ ਤੇ ਮੈਂ ਤਾਂ ਜੀ ਲਾਇਆ ਸੀ ਕੱਲਾ ਫੇਸ ਤੇ ਨੈਕ ਵਗੈਰਾ ਤੇ ਲਾਇਆ ਨਹੀਂ ਸੀ ਕਿਉਂਕਿ ਮੈਂ ਨਾ ਆਇਆ ਹੀ ਸੀ ਕਿ ਮੈਂ ਕਿਹਾ ਹੁਣ ਨਹੀਂ ਵੀ ਸਾਰਾ ਨਹੀਂ ਲਾਉਣਾ ਫੇਸ ਫੇਸ ਤੇ ਮੈਂ ਵੀ ਲਾ ਲਿਆ ਸੀਗਾ ਤੇ ਬਾਅਦ ਵਿੱਚ ਬਸ ਬਹੁਤ ਜ਼ਿਆਦਾ ਠੰਡਕ ਮਿਲੀ ਦਹੀਂ ਨਾਲ ਦਹੀਂ ਨਾਲ ਬਹੁਤ ਜ਼ਿਆਦਾ ਹੋ ਹੋ ਜਾਂਦੀ ਹੈ ਤੇ ਮੈਂ ਤੁਹਾਨੂੰ ਇਹੀ ਕਹਿ ਰਹੀ ਸੀ ਬੱਚਿਆਂ ਦੇ ਮਨ ਜੀ ਇਹ ਉਮਰ ਵਿੱਚ ਬਹੁਤ ਬਹੁਤ ਜ਼ਿਆਦਾ ਕੋਮਲ ਹੁੰਦੇ ਨੇ ਹਨਾ ਬੱਚਿਆਂ ਨੂੰ ਆ ਜਿੱਦਾਂ ਨੂੰ ਵੀ ਆਪਾਂ ਢਾਲ ਲਾਂਗੇ ਉਦੋਂ ਨੂੰ ਬੱਚੇ ਢਾਲ ਦਿੰਦੇ ਨੇ ਤੇ ਇੱਕ ਬੱਚਿਆਂ ਨਾ ਕਦੇ ਵੀ ਜ ਕਿਸੇ ਦੀ ਉਹ ਨਾ ਕਰੋ ਵੀ ਹਾਂ ਫਲਾਨੇ ਦਾ ਬੱਚਾ ਇਦਾਂ ਹੈ ਤੂੰ ਐ ਨਹੀਂ ਕਰਦਾ ਜਿਵੇਂ ਆਪਾਂ ਕਈ ਵਾਰ ਕੰਪੇਅਰ ਕਰਨ ਲੱਗ ਜਿੰਨੇ ਆ ਨਾ ਵੀ ਉਹ ਬੱਚਾ ਤਾਂ ਇੰਨਾ ਤੇਰੀ ਭੂਆ ਦਾ ਮੁੰਡੇ ਨੇ ਤਾਂ ਆਹ ਕੰਮ ਕਰ ਲਿਆ ਤੂੰ ਪਿੱਛੇ ਹੀ ਰਹਿ ਗਿਆ ਤੂੰ ਆਹ ਕਰ ਲਿਆ ਫਿਰ ਦੇਖੋ ਜੀ ਬੱਚਿਆਂ ਦੇ ਮਨ ਵਿੱਚ ਇੱਕ ਤਾਂ ਉਹ ਬੱਚੇ ਨਾਲ ਈਰਖਾ ਹੋਣ ਲੱਗ ਜਾਂਦੀ ਆ ਹਨਾ ਇੱਕ ਬੱਚੇ ਦੇ ਮਨ ਵਿੱਚ ਇਹ ਹੋ ਜਾਂਦਾ ਵੀ ਮੰਮਾ ਨੇ ਤਾਂ ਮੈਨੂੰ ਠੀਕ ਕਹਿਣਾ ਹੀ ਨਹੀਂ ਹੈਗਾ ਵੀ ਜਿਵੇਂ ਹੈਗਾ ਉਦਾਂ ਹੀ ਹੈ ਨਾ ਮੈਂ ਤਾਂ ਫਿਰ ਬੱਚੇ ਹੋਰ ਵੀ ਜ਼ਿਆਦਾ ਅਣਗੈਲਿਕ ਕਰਨ ਲੱਗ ਜਾਂਦੇ ਆ ਇਹ ਕਰਕੇ ਬੱਚਿਆਂ ਦਾ ਮਨ ਬਹੁਤ ਜ਼ਿਆਦਾ ਕੋਮਲ ਹੁੰਦਾ ਜੀ ਬੱਚਿਆਂ ਨੂੰ ਪਿਆਰ ਨਾਲ ਸਮਝਾਓ ਤੇ ਕਿਸੇ ਨਾਲ ਕੰਪੇਅਰ ਨਾ ਕਰੋ ਵੀ ਜਿੱਦਾਂ ਹੈਗੇ ਬਸ ਉਦਾਂ ਹੀ ਰਹਿਣ ਦਿਓ ਕਿਉਂਕਿ ਇਹੀ ਉਮਰ ਹੁੰਦੀ ਹੈ ਜੀ ਬੱਚਿਆਂ ਨੇ ਵੀ ਦੇਖੋ ਆਪਾਂ ਤੋਂ ਹੀ ਐਕਸੈਪਟ ਇਹ ਕਰਦੇ ਨੇ ਹਨਾ ਵੀ ਉਹ ਵੀ ਸਾਡੇ ਮੰਮੀ ਪਾਪਾ ਸਾਨੂੰ ਵੱਧ ਪਿਆਰ ਕਰਨ ਜੇ ਆਪਾਂ ਕਿਸੇ ਦੇ ਬੱਚੇ ਨੂੰ ਚੰਗਾ ਕਹਾਂਗੇ ਬੱਚੇ ਨੂੰ ਜਲਸੀ ਹੋਣੀ ਹੋਣੀ ਹੈ ਜੀ ਤੇ ਉਸ ਤੋਂ ਬਾਅਦ ਜੀ ਜਵਰਾਤ ਚਲੇ ਗਿਆ ਸੀ ਨਾਉਣ ਮੈਂ ਇੱਥੇ ਲੱਗੀ ਸੀਗੀ ਆਪਣੇ ਭਿੰਡੀਆਂ ਤਲਣ ਪਹਿਲਾਂ ਤੇ ਕੋਲੇ ਖੜ ਕੇ ਪਿਆਜ਼ ਕੱਟਲੇ ਸੀਗੇ ਤੇ ਨਾਲ ਦੀ ਨਾਲ ਮੈਂ ਧਰ ਲਿਆ ਸੀ ਇੱਕ ਸਾਈਡ ਤੇ ਮੱਖਣ ਕਿਉਂਕਿ ਮੱਖਣ ਵੀ ਮੈਂ ਕੱਲ ਮੰਗਲਵਾਰ ਨੂੰ ਇਹ ਮਲਾਈ ਤੋ ਮੱਖਣ ਬਣਾ ਕੇ ਫ੍ਰਿਜ ਚ ਰੱਖ ਲਿਆ ਸੀਗਾ ਤੇ ਅੱਜ ਬੁੱਧਵਾਰ ਨੂੰ ਮੈਂ ਕਿ ਗਰਮ ਕਰ ਲਈਏ ਕਿਉਂਕਿ ਮਮਾ ਜੀ ਨੇ ਕਿਹਾ ਸੀ ਜੇ ਮੈਂ ਠੰਢ ਸੀ ਮੰਗਲਵਾਰ ਨੂੰ ਨਹੀਂ ਗਰਮ ਕਰਨਾ ਇਸ ਕਰਕੇ ਚਲੋ ਜੀ ਇਹੇ ਛੋਟੇ ਛੋਟੇ ਖੁਸ਼ੀਆਂ ਚੋਈ ਦੇਖੋ ਜੀ ਇਹ ਹੀ ਆਪਣੇ ਪਰਿਵਾਰ ਚ ਤੇ ਇਹ ਹੀ ਹੁੰਦੀਆਂ ਨੇ ਜੇ ਆਪਾਂ ਬਜ਼ੁਰਗ ਦੀ ਗੱਲ ਮੰਨ ਲੈਂਦੇ ਆ ਨਾਲੇ ਬਜ਼ੁਰਗ ਖੁਸ਼ ਨਾਲੇ ਆਪਾਂ ਖੁਸ਼ ਇਹੀ ਹੁੰਦਾ ਜੀ ਛੋਟ ਵੱਡੀ ਖੁਸ਼ੀ ਦਾ ਇੰਤਜ਼ਾਰ ਨਾ ਕਰੋ ਜੀ ਛੋਟੇ ਛੋਟੇ ਖੁਸ਼ੀਆਂ ਵਿੱਚੋਂ ਹੀ ਖੁਸ਼ੀ ਲੱਭਿਆ ਕਰੋ ਬਸ ਤੇ ਨਾਲ ਦੀ ਨਾਲ ਮੈਂ ਚੀਨੀ ਪੀਸ ਕੇ ਰੱਖ ਲਈ ਸੀ ਕਿਉਂਕਿ ਚੀਨੀ ਖਤਮ ਹੋ ਗਈ ਸੀ ਮੇਰੀ ਪੀਸੀ ਹੋਈ ਤੇ ਉਹ ਵੀ ਪੀਸ ਲਈ ਸੀਗੀ ਜੀ ਮੈਨੂੰ ਲੱਗਾ ਹੁਣ ਬਸ ਇੱਕ ਅੱਧੀ ਬਾਰੇ ਹੋਰ ਪੀਸਣੀ ਪੈਣੀ ਹੈ ਕਿਉਂਕਿ ਜਾਣ ਨੂੰ ਤਾਂ ਨਿੰਬੂ ਪਾਣੀ ਦਾ ਮੌਸਮ ਵੀ ਚਲੇ ਜਾਣਾ ਉਸ ਤੋਂ ਬਾਅਦ ਜੀ ਭਿੰਡੀਆਂ ਮੈਂ ਤਲ ਕੇ ਕੱਢ ਲਈਆਂ ਸੀਗੀਆਂ ਤੇ ਪਿਆਜ਼ ਕਰ ਲਈ ਸੀ ਬਰਾਊਨ ਪਿਆਜ਼ ਬਰਾਊਨ ਹੋਣ ਤੋਂ ਬਾਅਦ ਮੈਂ ਪਾ ਲਿਆ ਨਾ ਨੂਨ ਮਿਰਚ ਅੱਜ ਮੈਂ ਨਾ ਭੁੱਲ ਗਈ ਵੀ ਭਿੰਡੀਆਂ ਪਹਿਲਾਂ ਪਾ ਕੇ ਥੋੜਾ ਸੇਕ ਲਵਾਉਣਾ ਪਹਿਲਾਂ ਪਿਆਜ਼ਾਂ ਦੇ ਵਿੱਚ ਨੂਨ ਮਿਰਚ ਪਾ ਲਿਆ ਉਸ ਤੋਂ ਬਾਅਦ ਹੀ ਭਿੰਡੀਆਂ ਪਾਈਆਂ ਸੀਗੀਆਂ ਚਲੋ ਜੀ ਇਦਾਂ ਵੀ ਪਰ ਖਾਣ ਚ ਕੋਈ ਉਹ ਨਹੀਂ ਸੀ ਬਹੁਤ ਟੇਸਟੀ ਬਣੀਆਂ ਸੀਗੀਆਂ ਤੇ ਆ ਕਰਛੀ ਮੈਂ ਕਰਤੀ ਸੀ ਜੀ ਵਿੱਚੋਂ ਕਿਉਂਕਿ ਪਹਿਲਾਂ ਮੈਂ ਤੇਲ ਬਾਹਰ ਕੱਢਣ ਕਰਕੇ ਵਿੱਚ ਪਾਈ ਸੀ ਉਹਦੇ ਨਾਲ ਚੰਗੀ ਤਰ੍ਹਾਂ ਹਿੱਲ ਨਹੀਂ ਸੀ ਰਈਆਂ ਮਤਲਬ ਫਿਰ ਮੈਂ ਆ ਪਾਲੀ ਸੀਗੀ ਝਰਨੀ ਜੀ ਪਾਲੀ ਸੀਗੀ ਜੀ ਵਿੱਚ ਅਸੀਂ ਇਹਨੂੰ ਝਰਨੀਓ ਕਹਿੰਦੇ ਆ ਬਾਕੀ ਤੁਹਾਡਾ ਪਤਾ ਨਹੀਂ ਜੀ ਕੀ ਕਹਿੰਦੇ ਹੋ ਹਨਾ ਹਰ ਇੱਕ ਦੇ ਮਤਲਬ ਆਪਣੇ ਪਿੰਡ ਦੇ ਹਿਸਾਬ ਨਾਲ ਜਾਂ ਆਪਣੇ ਇਲਾਕੇ ਦੇ ਹਿਸਾਬ ਨਾਲ ਹਰ ਇੱਕ ਦਾ ਆਪਣੀ ਆਪਣੀ ਬੋਲੀ ਹੁੰਦੀ ਆ ਤੇ ਦੇਖੋ ਜੀ ਕਿਉਂ ਵੀ ਮੇਰਾ ਇਹਨਾਂ ਚੰਗੀ ਤਰ੍ਹਾਂ ਬਣ ਚੁੱਕਿਆ ਸੀਗਾ ਬਸ ਹੁਣ ਜੈਲੋ ਜੈਲੋ ਕਿਉਂ ਬਣਦਾ ਜੀ ਗਾਂ ਦੇ ਦੁੱਧ ਦਾ ਹਨਾ ਮੱਝ ਦੇ ਦੁੱਧ ਦਾ ਥੋੜਾ ਚਿੱਟਾ ਹੁੰਦਾ ਹਜੇ ਗਾਂ ਦੇ ਦੁੱਧ ਦਾ ਜੈਲੋ ਜੈਲੋ ਜਿਆ ਬਣ ਜਾਂਦਾ ਏ ਤੇ ਉਸ ਤੋਂ ਬਾਅਦ ਜੀ ਲੱਗੀ ਸੀਗੀ ਮੈਂ ਆਪਣੇ ਸਬਜ਼ੀ ਬਣਾ ਕੇ ਕਿਉ ਗਰਮ ਕਰਕੇ ਉਹ ਠੰਡਾ ਹੋਣ ਨੂੰ ਰੱਖਿਆ ਸੀਗੀ ਉਸ ਤੋਂ ਬਾਅਦ ਮੈਂ ਕਿਹਾ ਚਲੋ ਮੈਂ ਕੱਪੜੇ ਸਮੇਟਾਂ ਪਹਿਲਾਂ ਕੱਪੜੇ ਸਮੇਟਣੇ ਵੀ ਦੇਖੋ ਜੀ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਅੱਜ ਤਾਂ ਥੋੜੇ ਹੀ ਸੀਗੇ ਅੱਜ ਮੈਨੂੰ ਇਹ ਹੌਸਲਾ ਸੀ ਮੈਂ ਕਿਹਾ ਬਚਾਲੇ ਇੰਨੇ ਜ਼ਿਆਦਾ ਨਹੀਂ ਹੈਗੇ ਜੁਬਰਾਜ ਥੋੜੇ ਹੀ ਨੇ ਵੀ ਮੈਂ ਪਹਿਲਾਂ ਕੱਪੜੇ ਸਮੇਟ ਲਾਂ ਵਿੱਚ ਮੈਂ ਜੁਵੀ ਨਾਲ ਕਈ ਵਾਰ ਜੁਵੀ ਆਇਆ ਹੁੰਦਾ ਆ ਕੇ ਮੈਨੂੰ ਉਹ ਤੰਗ ਕਰਨ ਲੱਗ ਜਾਂਦਾ ਹੁਣ ਪਤਾ ਨਹੀਂ ਪਹਿਲਾਂ ਵਿੱਚ ਕੁਝ ਕਹਿੰਦਾ ਸੀਗਾ ਮੰਮੀ ਮੈਨੂੰ ਆ ਦੇ ਦੋ ਮੈਂ ਕਿਹਾ ਹੁਣ ਮੈਂ ਕੱਪੜੇ ਸਮੇਟ ਕੇ ਹੀ ਉੱਠੂਗੀ ਹਣਨੀ ਵਿੱਚ ਜੀ ਉੱਠਦੀ ਹੈਗੀ ਬਾਰ ਬਾਰ ਵੀ ਹਣਨੀ ਤੇ ਬਾਕੀ ਖੰਨੇ ਜਾਂ ਗਰਦੀਪ ਜਾਂਦੇ ਨੇ ਨਾ ਡੇਲੀ ਮੈਨੂੰ ਦੱਸਦੇ ਨੇ ਆ ਕੇ ਫਿਰ ਕਹਿੰਦੇ ਹਨੀਤ ਰੋਜ਼ ਕਹਿੰਦੀ ਆ ਪਪੂ ਜੀ ਮਾਨ ਕੀ ਨੂੰ ਜਾਣਾ ਮੈਂ ਕਮਲ ਨੂੰ ਕਿਹਾ ਸੀਗਾ ਮੈਂ ਕਿਹਾ ਤੁਸੀਂ ਦੋਨੇ ਆ ਕੇ ਵੀ ਮੰਮੀ ਤੇ ਮਤਲਬ ਮਾਵਾਤੀਆਂ ਤੂੰ ਤੇ ਹਨੀਦ ਦੋਨੋਂ ਆ ਕੇ ਰਾਤ ਰਹਿ ਜਾ ਅਮਨ ਹੱਸਣ ਲੱਗ ਗਿਆ ਕਿ ਮੈਂ ਨਹੀਂ ਰਹਿ ਸਕਦਾ ਮੈਂ ਕਿਹਾ ਨਹੀਂ ਰਹਿ ਜੇ ਤੂੰ ਵੀ ਆ ਜਾ ਤੂੰ ਵੀ ਰਹਿ ਲੈ ਵੀ ਅਜੀਤਾ ਹੋਣੀ ਵੀ ਉਹਨੂੰ ਦੇਖੋ ਜੀ ਇੰਨਾ ਚੋ ਆ ਦੇਖੋ ਅਸੀਂ ਕਿਹੜਾ ਕੋਈ ਲੈਦਾ ਹੀ ਹਨਾ ਉਹ ਕਰਦੇ ਆ ਬੱਚੇ ਨੂੰ ਪਿਆਰ ਦਾ ਹੁੰਦਾ ਇੰਨੀ ਕਿਊਟ ਆ ਬਹੁਤ ਆਏ ਹੁੰਦਾ ਉਹਨੂੰ ਵੀ ਬਸ ਮੈਂ ਮਾਂ ਦੇ ਕੋਲੇ ਰਹਿਣਾ ਮਾਂ ਦੇ ਕੋਲ ਜਾਣਾ بس ਏਦਾਂ ਦੀ ਹੀ ਰਹਿੰਦਾ ਉਹਦੇ ਮਨ ਵਿੱਚ ਹਰ ਵਕਤ ਪਤਾ ਨਹੀਂ ਕੀ ਉਹਦੀ ਜਿਆਦਾ ਹੀ ਅਟੈਚਮੈਂਟ ਆ ਕਮਲ ਹੱਸਦੀ ਹੁੰਦੀ ਹੈ ਕਹਿੰਦੀ ਜਿੱਦਾਂ ਇਹ ਹੋਈ ਸੀਗੀ ਫਸਟ ਨਾਈਟ ਵੀ ਤੁਹਾਡੇ ਨਾਲ ਸੁੱਤੀ ਸੀ ਪਤਾ ਨਹੀਂ ਤਾਂ ਹੀ ਇਹਦੀ ਇੰਨੇ ਪਿਆਰ ਆ ਮੈਂ ਕਿਹਾ ਹੋ ਸਕਦਾ ਬਈ ਵੀ ਮੇਰੇ ਨਾਲ ਪਈ ਸੀ ਤਾਂ ਹੀ ਇੰਨਾ ਪਿਆਰ ਪੈ ਗਿਆ ਤੇ ਲਾਓ ਜੀ ਕੱਪੜੇ ਵੀ ਆਪਣੇ ਤਹਿ ਲੱਗ ਗਏ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਕਿਓ ਸ਼ਾਨਣ ਮੈਂ ਕਿਹਾ ਕਿਓ ਵੀ ਚਲੋ ਪਾ ਕੇ ਰੱਖ ਦਵਾ ਕਿਓ ਮੈਂ ਜੀ ਆ ਜਿਹੜੀਆਂ ਹੁੰਦੀਆਂ ਨੇ ਕੁੰਡੇ ਵਾਲੀ ਮਤਲਬ ਕੈਨੀਆਂ ਹੈ ਕਾਫੀ ਜਿਆਦਾ ਨੇ ਸਾਡੇ ਘਰ ਇਸ ਲਈ ਮੈਂ ਹੋਨੀ ਬਾਕਸ ਵਗੈਰਾ ਨਹੀਂ ਹੋਰ ਲੱਤੇ ਹੋਏ ਮੈਂ ਇਹਦੇ ਵਿੱਚ ਸਟੋਰ ਕਰ ਦੇਣੀ ਆ ਕਿਉਂਕਿ ਦੇਖੋ ਜੀ ਇਹ ਵੀ ਫालतू ਪਈਆਂ ਹੀ ਨੇ ਹਨਾ ਜਰੂਰੀ ਆ ਹੋਰ ਪੈਸੇ ਲਾ ਲਾ ਕੇ ਆਪਾਂ ਚੀਜ਼ਾਂ ਲਈਏ ਤੇ ਇਹਦੇ ਵਿੱਚ ਮੈਂ ਸਟੋਰ ਕਰ ਲਿਆ ਸੀਗਾ ਤੇ ਜਿਹੜਾ ਜਿੰਨਾ ਕੁ ਮਤਲਬ ਇਹਦੇ ਵਿੱਚ ਪਿਆ ਮੈਂ ਪਾ ਲਿਆ ਸੀ ਜਿਹੜਾ نیچے ਸੀਗਾ ਉਹ ਮੈਂ ਜਿਹਦੇ ਵਿੱਚ ਹਾ ਰੋਟੀ ਚੋਪੜਦੇ ਆਪਾਂ ਹਨਾ ਰੋਟੀ ਨੂੰ ਘਿਓ ਲਾਉਣੀ ਆ ਜਾਂ ਸਬਜੀ ਵਗੈਰਾ ਚ ਪਾਉਣੀ ਆ ਉਹ ਨਿੱਕੀ ਡੱਬੀ ਚ ਨੀਚੇਉਂ ਪਾ ਲਿਆ ਸੀਗਾ ਮੰਮੀ ਕਹਿੰਦੇ ਹੁੰਦੇ ਨੇ ਕਹਿੰਦੇ ਨੇ ਆ ਬੜੇ ਭਾਂਡੇ ਵਿੱਚ ਜਿਹਦੇ ਵਿੱਚ ਰੱਖਦੀ ਹੁੰਦੀਆਂ ਘਿਓ ਨਾ ਨੀਚੇਉਂ ਨਾ ਪਾਇਆ ਕਰ ਵੀ ਨੀਚੇ ਆ ਬਲੈਕ ਬਲੈਕ ਜਿਹਾ ਥੋੜਾ ਬਤਾ ਆ ਜਾਂਦਾ ਹਨਾ ਬੂਰਾ ਜਿਹਾ ਛਾਂੜ ਜੇ ਵਿੱਚ ਥੱਲੇ ਪੌਣੀ ਚ ਨਿਕਲੇ ਜਾਂਦਾ ਕਹਿੰਦੀ ਫਿਰ ਵਧੀਆ ਨਹੀਂ ਲੱਗਦਾ ਮੰਮੀ ਨੂੰ ਬਹੁਤ ਰਹਿੰਦਾ ਏ ਵੀ ਉਦਾਂ ਸੋਹਣਾ ਨਹੀਂ ਲੱਗਣਾ ਵਾ ਕਾ ਚਲੋ ਠੀਕ ਆ ਜੀ ਜਿਵੇਂ ਤੁਸੀਂ ਕਹਿੰਦੇ ਹੋ ਹੁਣ ਜਿਹੜਾ ਥੋੜਾ ਜਿਹਾ ਲਾਸਟ ਵਾਲਾ ਹੁੰਦਾ ਫਿਰ ਮੈਂ ਜਿਵੇਂ ਰਾਜ ਲੱਗ ਗਿਆ ਹੋਮਵਰਕ ਕਰਨ ਤੇ ਦਾਦੀ ਜੀ ਨੇ ਆਪਣੀ ਨਾ ਪੰਗੇ ਲੈਣ ਹਨਾ ਓਹੋ ਮੰਮੀ ਚੋਕੇ ਆਏ ਨੇ ਧਾਰ ਗਰਮੀ ਬਹੁਤ ਜ਼ਿਆਦਾ ਜੀ ਅੱਜ ਵੀ ਫੇਰ ਬੱਦਲ ਜਾ ਉੱਠਿਆ ਤਾਂ ਸੀਗਾ ਪਰ ਹੁਣ ਫੇਰ ਤੋਂ ਕਰਨੀ ਹੈ ਕਿਚਨ ਦੇ ਮੈਂ ਸਾਰੇ ਕੰਮ ਨਿਵੇੜਲੇ ਜੀ ਆਟਾ ਗੁੰਨ ਕੇ ਰੱਖਿਆ ਹੀ ਮੈਂ ਕਿ ਹੁਣ ਥੋੜਾ ਜਿਹਾ ਹਵਾ ਲੈ ਲਾਂ ਪਰ ਸੋਈ ਚ ਤਾਂ ਇੰਨੀ ਬਰਮੀ ਆਪੋ ਹਵਾ ਜਾਂਦੀ ਹੈ ਤੇ ਜੂਵੀ ਦੇ ਲਾਇਆ ਅੱਜ ਪੈਕ ਹਨਾ ਫੇਸ ਪੈਕ ਬਾਹ ਤੱਕ ਮੈਂ ਲੈ ਜਾਂਦੀ ਹੂ ਜੀ ਇਹ ਨੂੰ ਨਾ ਦਹੀਂ ਦੀ ਸਮੈਲ ਚੜੀ ਜਾ ਰਹੀ ਆ ਸਾਰੇ ਕਿਤੇ ਲਾਇਆ ਸੁੱਤੀ ਸੀ ਮੰਮੀ ਤੁਸੀਂ ਸੁੱਤੇ ਪਿਆ ਸੀ ਜਬ ਮੰਮੀ ਰ ਸੁੱਤੇ ਸੁੱਤੇ ਸੀ ਇਹ ਕੰਮ ਕਰਿਆ ਅਸੀਂ ਅੱਜ ਮਾਂ ਪੁੱਤਾਂ ਨੇ ਆਪਣੀ ਡੈਂਟਿੰਗ ਵੈਂਟਿੰਗ ਕਰੀ ਡੈਂਟਿੰਗ ਵੈਂਟਿੰਗ ਪੱਤ ਹੋ ਹੋਗੇ ਨਾ ਪਤਾ ਨਹੀਂ ਕਿਨੂੰ ਉੱਡੜੀ ਪਈ ਆ ਇਹਦੀ ਨਾ ਧੁੱਪ ਦੇ ਵਿੱਚ ਖੇਡਣ ਨਾਲ ਤਿੰਨ ਚਾਰ ਦਿਨ ਨਾਲ ਸਕਿਨ ਨਹੀਂ ਹੋ ਰੇ ਖਸ ਹੋਇਆ ਪਿਆ ਸੀ ਹਾਂ ਬਲੈਕ ਬਲੈਕ ਦਾਗ ਜਹ ਹੋ ਪੈ ਰਹੇ ਮੰਮੀ ਤਾਂ ਹੀ ਤਾਂ ਮੈਂ ਲਾਇਆ ਸੀਗਾ ਉਹ ਤੇ ਰੰਗ ਵੀ ਨਾ ਅਜੀਬ ਜਿਹਾ ਹੋ ਗਿਆ ਕਾਲਾ ਕਾਲਾ ਹੋ ਗਿਆ ਇਹਦਾ ਹਨਾ ਨਹੀਂ ਹੁਣ ਤਾਂ ਠੀਕ ਲੱਗਦਾ ਅੱਜ ਦਾ ਪੈਕ ਲਾ ਕੇ ਕਿ ਨਹੀਂ ਠੀਕ ਲੱਗਦਾ ਅੱਜ ਤਾਂ ਠੀਕ ਲੱਗਦਾ ਜੀ ਅੱਜ ਤਾਂ ਠੀਕ ਆ ਗਏ ਨਾ ਤੇ ਲਿਖ ਲਿਆ ਹோம்ਵਰਕ ਅੱਜ ਛੁੱਟੀ ਨਾਲ ਨੂੰ ਰਿਲੈਕਸ ਹੋ ਗਿਆ ਇਹ ਵਧੀਆ ਰਿਹਾ ਨਹੀਂ ਤਾਂ ਥੱਕ ਜਾਣਾ ਸੀਗਾ ਜੂ ਵੀ ਤੂੰ ਆਣ ਕਾਵਟ ਹੋ ਜਾਣੀ ਸੀ ਇਹਨੇ ਨਾ ਹੋ ਗਏ ਲੱਗੇ ਇੱਕ ਜਿਹੜਾ ਹੋਮਵਰਕ ਨਾ ਫੋਨ ਤੇ ਭੇਜ ਦਿੰਦੇ ਨੇ ਟੀਚਰਸ ਫੋਨ ਤੇ ਨਿਗਾ ਲਾ ਲਾ ਕੇ ਫੇਰ ਉੱਥੋਂ ਭੇਜਣਾ ਪੈਂਦਾ ਬਰੀਕ ਬਰੀਕ ਅੱਖਰ ਮੰਮੀ ਕਹਿੰਦੇ ਨੇ ਜੂ ਵੀ ਤੈਨੂੰ ਦਿਖ ਕਿਵੇਂ ਜਾਂਦੇ ਨੇ ਇਹਦੀ ਨਿਗਾ ਤੇਜ ਆ ਮੰਮੀ ਆਪਾਂ ਹੁਣ ਬੁਢੇ ਹੋ ਗਏ ਇਹਨੂੰ ਤਾਂ ਹੋ ਆ ਨਾ ਇਹ ਤਾਂ ਹਜੇ ਨਿਗਹਿਣ ਹੈਗੀ ਆ ਜਿੰਨੇ ਕ ਨਾ ਇਹਦੇ ਵਾਲ ਨੇ ਇੱਥੇ ਮੂਰੇ ਹੇਅਰ ਸਟਾਈਲ ਮੱਥੇ ਤੇ ਉਹ ਤਾਂ ਚੀਜ਼ ਵਾਲਾਂ ਦੇ ਨੀਚੇ ਦਿਖਾਈ ਹੋਵੇ ਵਾਲ ਚੱਕੀ ਉੱਤੇ ਉਥੇ ਵਾਲ ਉਥੇ ਚਿੱਟਾ-ਚਿੱਟਾ ਵੇਖਣ ਲੈ ਕੇ ਪਤਾ ਲੱਗਦਾ ਨਾ ਟੈ ਥੱਲੇ ਧੁੱਪ ਨਾਲ ਬਲੈਕ-ਬਲੈਕ ਹੋ ਗਿਆ ਤੇ ਤਾਹੀ ਮੈਂ ਚਲਗਾਇਆ ਸੀ ਇਹਨੂੰ ਮੈਂ ਕਿਹਾ ਦੋ ਤਿੰਨ ਦਿਨ ਵੀ ਇਹ ਲਾ ਲਾ ਤੂੰ ਫੇਸ ਪੈਕ ਜੇ ਆ ਵੀ ਤੇਰਾ ਸਕਿਨ ਠੀਕ ਹੋ ਜੂਗੀ ਪਰ ਇਹ ਤਾਂ ਇੱਕ ਦਿਨ ਲਾ ਕੇ ਕਹਿੰਦਾ ਮੰਮੀ ਮੇਨ ਤਾਂ 스ਮੈਲ ਚੜਦੀ ਹੈ ਅੱਜ ਕੱਲ ਦੇ ਬੱਚੇ ਤਾਂ ਜੀ ਬਸ ਆਢੀ ਵਿਸ਼ਣ ਚ ਇੱਜਾ ਤੇ 스ਮੈਲ ਵਾਲੀ ਚੀਜ਼ਾਂ ਤੇ ਉਹਨੇ ਆਪਣੇ ਵਰਗੇ ਤਾਂ ਘਰ ਦੀਆਂ ਚੀਜ਼ਾਂ ਨਾਲੇ ਵਧੀਆ ਰਹਿੰਦੇ ਸੀਗੇ ਹੁਣ ਵੀ ਆਪਾਂ ਤਾਂ ਲੱਸੀ ਦਹੀਂ ਇਹੋ ਜਿਹੀ ਚੀਜ਼ਾਂ ਨਾਲੇ ਖੁਸ਼ ਆ ਇਹਨਾਂ ਨੂੰ 스멜 ਚੜਦੀ ਹੈ ਦਹੀਂ ਦੀ ਤੇ ਦਹੀਂ ਤੇ ਗਾਇਸ ਸਲ ਕਾਫੀ ਸਕੂਲ ਆ ਰਹੀ ਹੈ ਪੈਨਸਲ ਨਾ ਲਿਖਦਾ ਇਹ ਬੁੱਕ ਤੇ ਪੈਨਸਲ ਨਾ ਲਿਖਦਾ ਹੁਣ ਬਸ ਮੈਂ ਰੋਟੀ ਬਣਾਉਣ ਲੱਗਦੀ ਆ ਤੇ ਆਪਾਂ ਵੀਡੀਓ ਦਾ ਹੁਣ ਕਰਦੇ ਆ ਜੀ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਜਰੂਰ ਜਰੂਰ ਕਰਕੇ ਜਾਇਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਮਿਲਦੇ ਆ ਜੀ ਕੋਰਨਰ ਵੀਡੀਓ ਚ ਓਕੇ ਜੀ ਬਾਏ ਟੇਕ ਕੇਅਰ ਜੂਬੀ ਬਾਏ ਬਹੁਤ ਬਹੁਤ ਰਿਸਤ